ਸਾਡਾ ਜਲੂਸ ਕੱਢਦਾ ਅਸੀਂ ਤੇੜੇ ਤੇੜੇ ਕਹਿੰਦੇ ਨਹੀਂ ਘਰ ਦੀ ਗੱਲ ਆ ਤੁਸੀਂ ਤਾਂ ਮੇਰਾ ਜਲੂਸ ਕੱਢਦਾ ਮੈਂ ਵੀ ਤੈਨੂੰ ਆਪਣੇ ਵਾਂਗੂ ਸਮਝਦੇ ਆ ਪਰ ਤੁਸੀਂ ਮੇਰੇ ਤੇ ਗਲਤ ਮਲਤ ਐਲੀਗੇਸ਼ਨ ਲਾਉਂਦੇ ਜੀ ਤੁਸੀਂ ਮੈਨੂੰ ਦੱਸੋ ਮੇਰੀ ਗੱਲ ਮੈਂ ਤੇਜੀ ਭਾਜੀ ਨੂੰ ਮੈਂ ਮੇਰੇ ਨਾਲ ਸਿੱਧੀ ਗੱਲ ਕਰਦੇ ਇਹਨਾਂ ਕੀ ਕੀਤਾ ਮੈਡਮ ਇੱਕ ਮਿੰਟ ਰਵੀ ਦੇ ਥਰੂ ਆਇਆ ਰਵਿੰਦਰ ਜਿਹੜਾ ਮਰਵਾਹਾ ਉਹ ਅੱਗੋਂ ਮੈਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਇਵਨ ਤੇ ਮੈਸੇਜ ਵੀ ਆਇਆ ਕੀ ਕੋਈ ਨਹੀਂ ਕੀ ਮੈਂ ਤੁਸੀਂ ਜਾਓ ਕਰ ਗਿਆ ਮੈਂ ਤੁਸੀਂ ਇੱਕ ਨਹੀਂ ਲਾ ਕਰੋ ਬੰਦ ਕਰ ਤੇਜ ਵੀਰ ਨੂੰ ਪੁੱਛੋ ਐਸਪੀ ਤੇਜ ਵੀਰ ਨੂੰ ਪੁੱਛੋ ਮੈਂ ਸਾਰਾ ਕਰ ਰਹੀ ਹਾਂ ਮੇਰੇ ਪਾਪ ਜੋ ਤਰ੍ਹਾਂ ਨਹੀਂ ਜਾਂਦੇ ਨਾ ਪਾਪ ਨਹੀਂ ਮੈਂ ਸਰ ਨੂੰ ਸਾਰੀ ਗੱਲ ਦੱਸੀ ਮੈਂ ਸਾਰੀ ਗੱਲ ਦੱਸੀ ਤੁਸੀਂ ਜੇ ਮੈਨੂੰ ਜਾਣਦੇ ਹੀ ਤੁਸੀਂ ਮੈਨੂੰ ਸਿਧਾਣ ਕੇ ਮਿਲ ਸਕਦੇ ਮੈਂ ਤੁਹਾਨੂੰ ਉਹ ਨਹੀਂ ਕਿਹਾ ਤੁਹਾਨੂੰ ਕੋਈ ਗਲਤ ਨਹੀਂ ਕਰਦਾ ਪੰਜਾਬ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਰਿਸ਼ਵਤ ਮੰਗਣ ਦਾ ਸਿਲਸਿਲਾ ਜਾਰੀ ਹੈ ਉੱਥੇ ਪੰਜਾਬ ਦੇ ਡੀਜੀਪੀ ਵੱਲੋਂ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕਰ 3 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਗੱਲ ਆਖੀ ਗਈ ਸੀ ਲੇਕਿਨ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਫ਼ ਕਿਹਾ ਗਿਆ ਸੀ ਕਿ ਕਿਸੇ ਪੁਲਿਸ ਅਧਿਕਾਰੀ ਦੀ ਕੰਪਲੇਂਟ ਅਗਰ ਉਹਨਾਂ ਤੱਕ ਪਹੁੰਚਦੀ ਹੈ ਤਾਂ ਉਸ ਖਿਲਾਫ਼ ਇਸ ਤਰ੍ਹਾਂ ਦੀ ਹੀ ਕਾਰਵਾਈ ਕੀਤੀ ਜਾਵੇਗੀ ਲੇਕਿਨ ਪੁਲਿਸ ਕਰਮਚਾਰੀ ਲਗਾਤਾਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਣ ਵਾਲੇ ਰਸਤੇ ਉੱਤੇ ਬਣੇ ਸਰਕਾਰੀ ਸ਼ਰਾਬ ਦੇ ਠੇਕੇ ਨੂੰ ਲੈ ਕੇ ਅੱਜ ਵਿਵਾਦ ਸਾਹਮਣੇ ਆਇਆ ਜਿਸ ਵਿੱਚ ਅੰਮ੍ਰਿਤਸਰ ਏਅਰਪੋਰਟ ਤੇ ਮਹਿਲਾ SHO ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਉਹਨਾਂ ਵੱਲੋਂ ਠੇਕਾ ਖੋਲਣ ਤੋਂ ਲੈ ਕੇ ਇੱਕ ਸ਼ਰਾਬ ਦੀ ਪੇਟੀ ਮੰਗੀ ਜਾ ਰਹੀ ਹੈ ਜਿਸ ਨੂੰ ਲੈ ਕੇ ਠੇਕਾ ਮਾਲਕਾਂ ਵੱਲੋਂ ਠੇਕੇ ਦੀਆਂ ਚਾਬੀਆਂ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀਆਂ ਗਈਆਂ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਲਾਈਵ ਭਾਰਤ ਹਾਂਜੀ ਭਾਅ ਜੀ ਕੀ ਗੱਲ ਹੋਈ ਅੱਜ ਤੁਸੀਂ ਠੇਕੇ ਦੀਆਂ ਚਾਬੀਆਂ ਮੈਨੂੰ ਪਤਾ ਲੱਗਾ ਵੀ ਤੁਸੀਂ ਦਿੱਤੀਆਂ ਅਫਸਰਾਂ ਨੂੰ ਕੀ ਗੱਲ ਹੋਈ ਆ ਭਾਅ ਜੀ ਅਸੀਂ ਰਾਜਸਾਂਸੀ ਸਰਕਲ ਚਲਾ ਰਹੇ ਹਾਂ ਜੀ ਗਮਟਾਲੇ ਤੋਂ ਲੈ ਕੇ ਰਮਦਾਸ ਤੱਕ ਠੀਕ ਹੈ ਇੱਥੇ SHO ਸਾਹਿਬ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਇਹ ਡਿਮਾਂਡ ਕਰਦੇ ਸੀਗੇ ਵੀ ਪਹਿਲਾਂ ਵੀ ਜਿੱਥੇ ਮੈਂ ਲੱਗੀ ਰਹੀ ਹਾਂ ਅਤੇ ਮੈਨੂੰ ਪੇਟੀ ਸ਼ਰਾਬ ਦੇ ਦਿੱਤੀ ਹੈ ਠੀਕ ਹੈ ਜਦਕਿ ਸਾਡਾ ਲਾਇਸੈਂਸੀ ਠੇਕਾ ਲਾਇਸੈਂਸੀ ਸਾਰਾ ਕੁਛ ਆ ਫੀਸ ਇੰਨੀ ਦੇਣ ਡਏ ਹਾਂ ਸਰਕਾਰ ਨੂੰ ਅੱਗੇ ਬੜੀ ਤੰਗੀ ਦੇ ਵਿੱਚ ਇਹ ਕੰਮ ਸਰਕਾਰ ਦੀ ਮਨਜ਼ੂਰੀ ਦੇ ਵਿੱਚ ਲਿਆ ਗਿਆ ਹੁਣ ਇਹਨਾਂ ਦੀ ਡਿਮਾਂਡ ਅਸੀਂ ਪੂਰੀ ਕਿੱਥੋਂ ਕਰੀਏ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ ਨੇ ਇੱਥੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਪਿਛਲੇ ਹਫ਼ਤੇ ਵੀ ਅਸੀਂ ਵੱਡੇ ਅਫਸਰਾਂ ਨੂੰ ਰਿਕੁਐਸਟ ਕੀਤੀ ਵੀ ਸਰ ਇਹਨਾਂ ਨੂੰ ਕੋਈ ਖਰਾਬ ਨਾ ਕਰਨ ਕੱਲ੍ਹ ਵੀ DCP ਸਾਹਿਬ ਨੂੰ ਫੋਨ ਕੀਤਾ ਵੀ ਇਹਨਾਂ ਨੇ ਨਾਕਾ ਲਾਉਣਾ ਅਸੀਂ ਇਹਨਾਂ ਨੂੰ ਉਹਨੇ ਲਾਓ ਟੀ ਪੁਆਇੰਟ ਹੈ ਪਿੱਛੇ ਜਿੱਥੇ ਅੱਗੇ ਨਾਕਾ ਲੱਗਦਾ ਉੱਥੇ ਲਾਓ ਦੁਕਾਨ ਦੇ ਅੱਗੇ ਨਾ ਲਾਓ ਕੋਈ ਵੀ ਨਹੀਂ ਖਲੋਂਦਾ ਜਦੋਂ ਕੋਈ ਗੱਡੀ ਆਉਂਦੀ ਉਹਨੂੰ ਗਾਹ ਤੋੜ ਦਿੱਤਾ ਜਾਂਦਾ ਪਰ ਇਹਨਾਂ ਨੇ ਫਿਰ ਉਹਨੂੰ ਖਲੋ ਨਹੀਂ ਦਿੱਤਾ ਜਾਂਦਾ ਜਦੋਂ ਭਾਜੀ ਸਾਹਮਣੇ ਗੇਟ ਦੇ ਤੁਸੀਂ ਸਾਹਮਣੇ ਵੇਖ ਲਓ ਬੈਰੀਕੇਟਿੰਗ ਕੀਤੀ ਆ ਠੀਕ ਹੈ ਸਾਹਮਣੇ ਪੁਲਿਸ ਖਲੋਤੀ ਕਿੱਦਾਂ ਕੋਈ ਖਲੋਊਗਾ ਕੀ ਜਾਨਵਰ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਕੀ ਪਰੇਸ਼ਾਨ ਕੀਤਾ ਜਾ ਰਿਹਾ ਤੁਸੀਂ ਇਹਦੇ ਸੰਬੰਧੀ ਉੱਚ ਅਧਿਕਾਰੀਆਂ ਧਿਆਨ 'ਚ ਲਿਆਂਦਾ ਭਾਜੀ ਅਸੀਂ ਰਿਟਨ ਕੰਪਲੀਟ ਨਹੀਂ ਕੀਤੀ ਅਸੀਂ ਉਦਾਂ ਵਰਬਲੀ ਵੱਡੇ ਅਧਿਕਾਰੀਆਂ ਦੇ ਲਿਆਂਦਾ ਅਸੀਂ ਨਹੀਂ ਇਹ ਚਾਹੁੰਦੇ ਵੀ ਇਹਨਾਂ ਦਾ ਕੋਈ ਨੁਕਸਾਨ ਹੋਵੇ ਕਿਉਂਕਿ ਮੈਂ ਅਸੀਂ ਆਪ ਵੀ ਇਹ ਮੁਲਾਜ਼ਮ ਨੇ ਅਸੀਂ ਆਪ ਨਹੀਂ ਚਾਹੁੰਦੇ ਕੋਈ ਨੁਕਸਾਨ ਕੀਤਾ ਜਾਵੇ ਤੁਸੀਂ ਕਿੰਨਾ ਠੇਕਾ ਤਕਰੀਬਨ ਦੇ ਰਹੇ ਹੋ 27 ਕਰੋੜ ਰੁਪਈਆ ਦੇਣਾ 9 ਮਹੀਨਿਆਂ 'ਚ 3 ਕਰੋੜ ਰੁਪਈਆ ਮਹੀਨਾ ਦੇਣਾ 3 ਕਰੋੜ ਅਤੇ ਇਹਦੀ ਬਹੁਤ ਔਖੀ ਇਹਦੀ ਕਮਾਈ ਕਰਨੀ ਸਾਹਮਣੇ ਆ ਦੁਕਾਨ ਆ 2 ਘੰਟੇ ਬੰਦ ਆ ਰੋਜ਼ ਦੀ 15 ਲੱਖ ਫੀਸ ਬਣਦੀ ਹੈ ਜੀ ਗਿੱਲ ਐਕਸਾਈਜ਼ ਇੰਸਪੈਕਟਰ ਜਨਾਲਾ ਹਾਂਜੀ ਕੀ ਗੱਲ ਹੋਈ ਮੈਡਮ ਅੱਜ ਗੱਲ ਤਾਂ ਮੇਰੇ ਪਹੁੰਚਣ ਤੋਂ ਪਹਿਲਾਂ ਹੋ ਚੁੱਕੀ ਸੀ ਜੋ ਆ ਕੇ ਪਤਾ ਲੱਗਾ ਵਾ ਇੱਥੋਂ ਲੋਕਾਂ ਤੋਂ ਜਾਂ ਪਬਲਿਕ ਤੋਂ ਜਾਂ ਮੈਡਮ ਤੋਂ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਵੀ ਸਾਡਾ ਇਹ ਸਰਕਾਰੀ ਠੇਕਾ ਵਾ ਅਤੇ ਮੈਡਮ 2 ਦਿਨ ਤੋਂ ਇੱਥੇ ਬੈਠਦੇ ਆਪਣਾ ਇਹ ਲਾ ਕੇ ਗੱਡੀ ਵਗੈਰਾ ਠੀਕ ਆ ਅਤੇ ਸ਼ਰਾਬ ਪੀਣੀ ਆ ਲੋਕਾਂ ਨੇ ਕੋਈ ਰਾਹੀ ਮੁਸਾਫਰ ਆ ਕੋਈ ਕਾਰ ਵਾਲਾ ਕੋਈ ਗੱਡੀ ਵਾਲਾ ਜਾਂ ਕੋਈ ਸਕੂਟਰ ਵਾਲਾ ਉਹਨੂੰ ਰੁਕਣ ਨਹੀਂ ਦੇ ਰਹੇ ਠੀਕ ਹੈ ਉਹਨਾਂ ਦੇ ਨਾਂ ਰੁਕਣ ਨਾਲ ਸਾਡੇ ਜਿਹੜਾ ਗਵਰਨਮੈਂਟ ਦਾ ਰੈਵਨਿਊ ਉਹਦਾ ਲਾਸ ਹੋ ਰਿਹਾ ਤੇ ਸ਼ਰਾਬ ਵਿਕੇਗੀ ਨਹੀਂ ਤੇ 3 ਕਰੋੜ ਰੁਪਈਆ ਮਹੀਨੇ ਦਾ ਸਰਕਾਰ ਨੂੰ ਦੇ ਰਹੇ ਆ ਕਿੱਥੋਂ ਦੇਣਗੇ ਹੁਣ ਜਿੰਨੇ ਘੰਟੇ ਮੇਰਾ ਠੇਕਾ ਬੰਦ ਰਹੇਗਾ ਮੈਂ ਤਾਂ ਸਰਕਾਰ ਨੂੰ ਫਿਰ ਲਿਖ ਕੇ ਭੇਜ ਦਾਂਗੀ ਉਹਨਾਂ ਫਿਰ ਇਹਨਾਂ ਦੀਆਂ ਤਨਖਾਹਾਂ 'ਚੋਂ ਡਰਾ ਕਰਾਇਆ ਜਾਵੇ ਬਸ ਇਹੀ ਇਹਨਾਂ ਦਾ ਝਗੜਾ ਵਾ ਅਸੀਂ ਮੈਡਮ ਨੂੰ ਰਿਕੁਐਸਟ ਇਹ ਕਰ ਰਹੇ ਹਾਂ ਤੁਸੀਂ ਨਾਕਾ ਲਾਓ ਤੁਹਾਡੀ ਜੂਰੀਡਿਕਸ਼ਨ ਆ ਤੁਸੀਂ ਮਾਨਯੋਗ SHO ਏਅਰਪੋਰਟ ਦੇ ਜਾਂ ਸਾਡੇ ਠੇਕੇ ਤੋਂ ਥੋੜ੍ਹੇ ਜਿਹਾ ਅੱਗੇ ਲਾ ਲਓ ਜਾਂ ਥੋੜ੍ਹੇ ਜਿਹਾ ਪਿੱਛੇ ਲਾ ਲਓ ਪਰ ਉਹ ਦੋਵਾਂ ਗੱਲਾਂ 'ਤੇ ਹਜੇ ਤੱਕ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਬਿਲਕੁਲ ਦੁਕਾਨ ਦੇ ਅੱਗੇ ਜੇ ਲਾਉਣਗੇ ਤੇ ਸਾਡਾ ਫਿਰ ਰੈਵਨਿਊ ਲਾਸ ਹੁੰਦਾ ਸਾਡੇ ਸੁਣ ਵਿੱਚ ਇਹ ਵੀ ਆਇਆ ਕਿ ਇਹਨਾਂ ਨੇ ਕੋਈ ਡਿਮਾਂਡ ਕੀਤੀ ਆ ਕਿ ਇਹ ਸ਼ਰਾਬ ਦੀ ਪੇਟੀ ਦੀ ਉਹ ਤੁਹਾਨੂੰ ਠੇਕੇਦਾਰ ਦੱਸ ਸਕਦੇ ਆ ਫਿਰ ਇਹਦੇ ਬਾਰੇ 'ਚ ਮੈਂ ਤੁਹਾਡੇ ਨੌਲੇਜ 'ਚ ਕੋਈ ਇਸ ਤਰ੍ਹਾਂ ਦੀ ਪਤਾ ਤਾਂ ਮੈਨੂੰ ਲੱਗਾ ਠੀਕ ਹੈ ਤੁਹਾਡੇ ਵੀ ਸੁਣ 'ਚ ਇਹ ਗੱਲ ਆਈ ਆ ਹਾਂਜੀ ਸੁਣਨ 'ਚ ਆਈ ਆ ਠੀਕ ਹੈ ਪਰ ਕਿਹਨੂੰ ਇਹ ਸੱਚ ਵਾ ਇਹ ਪਤਾ ਨਹੀਂ ਗਾ ਇਹ ਤਾਂ ਹੁਣ ਜਿਨ੍ਹਾਂ ਨੂੰ ਡਿਮਾਂਡ ਹੋਈ ਉਹ ਦੱਸ ਸਕਦੇ ਆ ਤੁਹਾਨੂੰ ਠੀਕ ਹੈ ਮੈਡਮ ਹਾਂਜੀ ਮੈਡਮ ਤੁਹਾਡਾ ਕੀ ਨਾਂ ਅਤੇ ਤੁਸੀਂ ਕਿੱਥੋਂ ਦੇ ਮੈਂ ਇੰਸਪੈਕਟਰ ਸਪਿੰਦਰ SHO ਏਅਰਪੋਰਟ ਠੀਕ ਹੈ ਮੇਰਾ ਇੱਥੇ ਡੇਲੀ ਨਾਕਾ ਲਾਦਾ ਇਹਨਾਂ ਨੇ ਆਪੇ ਆਣ ਕੇ ਆਪਣਾ ਠੇਕਾ ਕਲੋਜ਼ ਕਰ ਦਿੱਤਾ ਕਹਿੰਦੇ ਆ ਵੀ ਇਹ SHO ਸਾਨੂੰ ਮਤਲਬ ਸਾਡੇ ਕੋਲ ਡਿਮਾਂਡ ਕਰਦੀ ਹੈ
ਦੱਸੋ ਮੈਂ ਆਪਣੀ ਡਿਊਟੀ ਕਰ ਰਹੀ ਹਾਂ ਕਿ ਡਿਮਾਂਡ ਕਰ ਰਹੀ ਹਾਂ ਇਹ ਮੈਨੂੰ ਇਹ ਪਤਾ ਲੱਗਾ ਸੀ ਇਸ ਤਰ੍ਹਾਂ ਤੁਹਾਡੇ ਤੇ ਇਲਜ਼ਾਮ ਲੱਗੇ ਗਲਤ ਅਲੀਗੇਸ਼ਨ ਲਾ ਰਹੇ ਆ ਮੇਰੇ ਤੇ ਈਵਨ ਕਿ ਮੇਰੇ ਤੇ ਮੈਨੂੰ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਮੈਨੂੰ ਧਮਕਾਇਆ ਵੀ ਆ ਫੋਨ ਤੇ ਵੀ ਤੂੰ ਪਰਚਾ ਦੇ ਤੈਨੂੰ ਵੇਖ ਲਾਂਗੇ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੀ ਕੋਈ ਰਿਕਾਰਡਿੰਗ ਹੈਗੀ ਕੋਈ ਇਸ ਤਰ੍ਹਾਂ ਦੀ ਮੇਰੇ ਕੋਲ ਵਟਸਐਪ ਕਾਲ ਕੀਤੀ ਇਹਨਾਂ ਨੇ ਤੇ ਇਹਨਾਂ ਦੇ ਮੈਸੇਜ ਹੈਗੇ ਮੇਰੇ ਠੀਕ ਹੈ ਹੈਗੇ ਮੇਰੇ ਕੋਲ ਸਾਰੇ ਤੇ ਹੁਣ ਤੁਸੀਂ ਚਾਬੀਆਂ ਉਹਨਾਂ ਤੁਹਾਨੂੰ ਦੇਤੀਆਂ ਮੈਨੂੰ ਨਹੀਂ ਚਾਬੀ ਦਿੱਤੀਆਂ ਮੈਂ ਕੋਈ ਚਾਬੀ ਲਾਉਂ ਮੈਂ ਕੋਈ ਉਹਦੀ ਓਨਰ ਹੈ ਜਿਨ੍ਹਾਂ ਨੂੰ ਉਹਨਾਂ ਦਿੱਤੀ ਮੈਂ ਆਪਣੀ ਡਿਊਟੀ ਕਰ ਰਹੀ ਮੇਰੀ ਡਿਊਟੀ ਆ ਟ੍ਰੈਫਿਕ ਮੇਨਟੇਨ ਕਰਨੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਬਸ